Chào tất cả mọi người. Chào tất cả mọi người. Assalamu alaikum. ਫਜ਼ਰ ਵਾਲੇ ਉੱਠਣਾ ਸੀਗਾ, ਮੌਸਮ ਵਾਹਵਾ ਅੱਛਾ ਸੀਗਾ, ਬੱਦਲ ਬੁੱਦਲ ਆਏ ਹੋਏ ਸੀਗੇ, ਹਵਾ ਚੱਲਦੀ ਪਈ ਸੀ ਠੰਡੀ, ਅਤੇ ਮੈਂ ਕਿਹਾ ਚਲੋ ਅੱਜ ਕ੍ਰਿਕਟ ਖੇਲ ਕੇ ਆਉਂਦੇ ਬਾਹਰ, ਤੁਹਾਨੂੰ ਮੈਂ ਕ੍ਰਿਕਟ ਖੇਲਣ ਜਾ ਰਿਹਾ। ਆਹ ਗਰਾਊਂਡ 53 ਗਾਬੇ ਦਾ ਜਿੱਥੇ ਅਸੀਂ ਕ੍ਰਿਕਟ ਖੇਲਣ ਲੱਗੇ ਹਾਂ। ਅਸੀਂ ਮਤਲਬ ਮੈਂ ਗਰਾਊਂਡ ਵਿੱਚ ਆ ਗਿਆ ਹਾਂ ਆਪਣੇ ਦੋਸਤਾਂ ਨਾਲ ਖੇਲਣ ਵਾਸਤੇ, ਅਤੇ ਨਾਲ ਅੱਜ ਕੈਮਰਾ ਵੀ ਲੈ ਕੇ ਆਇਆ ਵੱਡਾ, ਤਾਂ ਕਿ ਵੀਡੀਓ ਬਿਲਕੁਲ ਸਹੀ ਬਣ ਜਾਵੇ, ਅਤੇ ਆਹ ਖੜ੍ਹੇ ਦੋਸਤ ਇਹਨਾਂ ਨਾਲ ਖੇਲਣ ਲੱਗਾ। ਉਹ ਪਿੱਛੇ ਆ ਰਿਹਾ ਸਾਡਾ ਸਪੈਸ਼ਲ ਹੈਗਾ, ਕੀ ਕਹਿੰਦੇ ਨੇ, ਕ੍ਰਿਕਟਰ ਕ੍ਰਿਕਟਰ, ਹਾਂ ਇਹ ਮਸਾ ਟਾਈਮ ਕੱਢਿਆ ਨੇ ਸਾਡੇ ਨਾਲ ਖੇਲਣ ਵਾਸਤੇ। ਪਲੇਅਰ ਅਜਾਜ਼, ਫਾਸਟ ਬੋਲਰ ਅਫਾਨ, ਨਜ਼ਾਰੇ ਕ੍ਰਿਕਟ। ਅਜਾਜ਼ ਭਾਈ ਪਹਿਲੀ ਵਾਰੀ 'ਚ ਆਊਟ ਨਹੀਂ ਸੀ ਹੋ ਗਏ, ਪਹਿਲੇ ਉਹਨਾਂ ਨੇ ਮਾਰੇ 2-3 ਛੱਕੇ, ਲੇਕਿਨ ਇੱਕ ਰਿਕਾਰਡਿੰਗ ਕੈਮਰਾ 'ਚ ਥੋੜ੍ਹਾ ਜਿਹਾ ਮਸਲਾ ਕਰ ਰਹੀ ਸੀਗੀ, ਅਤੇ ਅਸੀਂ ਵੀ ਤੁਹਾਨੂੰ ਥੋੜ੍ਹਾ ਥੋੜ੍ਹਾ ਵਿਖਾਵਾਂਗੇ ਬਸ ਖੇਲਦੇ ਹੋਏ, ਅਤੇ ਹੁਣ ਮੇਰੀ ਵਾਰੀ ਆਉਣ ਲੱਗੀ ਹੈ। ਅੱਜ ਮੈਂ ਤਕਰੀਬਨ ਪਹਿਲੀ ਵਾਰੀ ਕ੍ਰਿਕਟ ਖੇਡਣ ਲੱਗਾ ਵਾਂ 3 ਸਾਲ ਬਾਅਦ, ਦੇਖੋ ਕਿੱਦਾਂ ਦੀ ਖੇਡਦਾ ਵਾਂ। ਪੈਂਕੀ ਤਾਂ ਵੱਜੀ ਨਾ, ਜਦੋਂ ਮੈਂ ਛੱਕਾ ਮਾਰਿਆ ਮੈਨੂੰ ਤਾਂ ਬਸ ਇੱਕ ਹੀ ਆਵਾਜ਼ ਸੁਣ ਰਹੀ ਸੀਗੀ, ਕਿਉਂਕਿ ਮੋਟਰਸਾਈਕਲ ਦੇ ਕੋਲ ਹੀ ਮੇਰਾ ਕੈਮਰਾ ਲੱਗਾ ਹੋਇਆ ਸੀਗਾ, ਵਾਹਵਾ ਉਹਦੇ 'ਤੇ ਗੇਂਦ ਨਹੀਂ ਵੱਜੀ, ਅਤੇ ਹੁਣ ਮੈਂ ਗੇਂਦ ਲਿਆ ਜਾ ਰਿਹਾ ਕਿਉਂਕਿ ਆ ਕੇ ਬਾਲਾਂ ਮੈਂ ਕਰਾਉਣੀਆਂ। ਓਏ ਮੋਟਰਸਾਈਕਲ ਸਟਾਰਟ ਕਰ ਲਓ, ਮੁਹੰਮਦ ਸ਼ਬਾਜ਼ ਬਾਲ ਪਕੜਤੇ ਹੋਵੇ। ਜਿੱਦਾਂ ਕਿ ਤੁਸੀਂ ਦੇਖ ਸਕਦੇ ਅਸੀਂ ਕ੍ਰਿਕਟ ਮੈਚ ਖੇਡ ਰਹੇ ਹਾਂ, ਅਤੇ ਸਾਡੀ ਵਿਕਟ ਹੀ ਕੋਈ ਨਹੀਂ ਹੈਗੀ ਪਿੱਛੇ, ਕਿਉਂਕਿ ਅਸੀਂ ਖੇਡਣ ਘੱਟ ਆਏ ਹਾਂ ਅਤੇ ਮੌਸਮ ਜ਼ਿਆਦਾ ਇੰਜੋਏ ਕਰਨ ਆਏ ਹਾਂ। ਹੁਣ ਵਾਰੀ ਸਾਡੇ ਫਾਸਟ ਬੋਲਰ ਦੀ ਆ ਗਈ ਹੈ, ਯਾਨੀ ਕਿ ਅਫਾਨ ਦੀ, ਅਤੇ ਫੁਰਕਾਨ ਬਾਲਾਂ ਕਰਾਊਗਾ। ਇਹ ਤਾਂ ਅਫਾਨ ਨੇ ਮਾਰਿਆ ਸੀਗਾ ਚੌਕਾ, ਹੁਣ ਵੇਖਦੇ ਕੋਈ ਛੱਕਾ ਮਾਰਦੇ ਆ ਕਿ ਨਹੀਂ। ਹੁਣ ਸਾਡੇ ਕੈਮਰਾਮੈਨ ਤਲਹਾ ਦੀ ਵਾਰੀ ਆ ਗਈ ਹੈ, ਜਿਹੜਾ ਮੋਬਾਈਲ ਨਾਲ ਬੜੀ ਦੇਰ ਦਾ ਖੜਾ ਹੋ ਕੇ ਵੀਡੀਓ ਬਣਾ ਰਿਹਾ ਸੀਗਾ। ਸਾਡਾ ਕੈਮਰਾਮੈਨ ਤਲਹਾ ਤਾਂ ਸਭ ਨਾਲ ਜ਼ਬਰਦਸਤ ਖੇਲਿਆ, ਪਹਿਲੀ ਗੇਂਦ ਤਾਂ ਉਹਦੇ ਕੋਲ ਖੇਲੀ ਨਹੀਂ ਗਈ, ਦੂਸਰੀ ਉਹਨੇ ਢੂਈ 'ਚ ਖਾ ਲਈ, ਅਤੇ ਤੀਸਰੀ ਤਾਂ ਭਾਈ ਕਮਾਲ ਹੀ ਕਰਤਾ, ਫਿਰ ਛੱਕਾ ਹੀ ਮਾਰਿਆ ਉਹਨੇ ਚੰਗਾ। ਅੱਛਾ ਜੀ, ਅਸੀਂ ਜਾ ਰਹੇ ਹਾਂ ਹੁਣ ਘਰ ਨੂੰ, ਉਮੀਦ ਕਰਦੇ ਤੁਹਾਨੂੰ ਸਾਡੀ ਕ੍ਰਿਕਟ ਪਸੰਦ ਆਈ ਹੋਊਗੀ। ਅੱਲਾ ਹਾਫਿਜ਼। ਯਾਰ ਖੁਦਾ ਤੇ ਹੋਏ ਮੋਟਰਸਾਈਕਲ ਪਰ ਆਪਣਾ ਆਪਣੇ 'ਚ ਮਾਰੇ ਲਿਆ ਕੇ।